ਪਟਿਆਲਾ ਦੇ ਆਰਮੀ ਏਰੀਏ ਦੇ ਵਿੱਚ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਦਾ ਹੈ, ਜਿਸ ਦੇ ਵਿੱਚ ਕਈ ਗੱਡੀਆਂ ਤਾਂ ਨੁਕਸਾਨੀਆਂ ਜਾਂਦੀਆਂ ਇਹਨੇ, ਅਤੇ ਇੱਕ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ, ਜਿਹਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਮੈਂ ਉਸ ਵੇਲੇ ਜਗ੍ਹਾ ਦੇ ਉੱਪਰ ਮੌਜੂਦ ਹਾਂ ਜਿੱਥੇ ਕੁਝ ਸਮਾਂ ਪਹਿਲਾਂ ਹੀ ਇਹ ਭਿਆਨਕ ਹਾਦਸਾ ਵਾਪਰਦਾ। ਤੁਸੀਂ ਦੇਖੋ ਕਿ ਪੁਲਿਸ ਦੀ ਜਿਹੜੀ ਕਰੇਨ ਹੈ ਉਸਦੇ ਵੱਲੋਂ ਇਸ ਹਾਦਸਾ ਗ੍ਰਸਤ ਇੱਕ ਗੱਡੀ ਨੂੰ ਇੱਥੋਂ ਚੁੱਕਿਆ ਜਾ ਰਿਹਾ, ਅਤੇ ਦੂਜੇ ਪਾਸੇ ਤੁਹਾਨੂੰ ਦੱਸਦੀ ਹੈ ਕਿ ਸੜਕ ਦਾ ਜਿਹੜਾ ਦੂਜਾ ਹਿੱਸਾ ਉੱਥੇ ਹਾਦਸੇ ਦੀਆਂ ਇਸ ਤੋਂ ਵੀ ਵੱਧ ਜਿਹੜੀਆਂ ਭਿਆਨਕ ਤਸਵੀਰਾਂ ਨੇ ਉਹ ਤੁਹਾਨੂੰ ਦੱਸ ਦਿੰਦੇ ਹਾਂ। ਇੱਕ ਪਿੱਛੇ ਆਟੋ ਰਿਕਸ਼ਾ ਖੜ੍ਹਾ ਜਿਸ ਨੂੰ ਕਿ ਗੱਡੀ ਦੇ ਵੱਲੋਂ ਹਿੱਟ ਕੀਤਾ ਜਾਂਦਾ ਹੈ। ਮਾਮਲਾ ਇਹ ਹੈ ਕਿ ਜਿਹੜੀ ਇਹ ਇਨੋਵਾ ਗੱਡੀ ਹੈ, ਇਸ ਇਨੋਵਾ ਗੱਡੀ ਦੇ ਵੱਲੋਂ ਜਦੋਂ ਦੋ ਗੱਡੀਆਂ ਬਰਾਬਰ ਜਾਂਦੀਆਂ ਨੇ ਇਸ ਜਗ੍ਹਾ ਦੇ ਉੱਪਰ, ਤਾਂ ਅੱਗੇ ਜਾ ਰਹੀ ਗੱਡੀ ਨੂੰ ਹਿੱਟ ਕਰਨ ਦੇ ਨਾਲ ਇਹ ਗੱਡੀ ਦੂਸਰੀ ਪਲਟ ਕੇ ਦੂਜੇ ਪਾਸੇ ਚਲੀ ਜਾਂਦੀ ਹੈ, ਅਤੇ ਦੂਜੇ ਪਾਸੇ ਦਾ ਤੁਹਾਨੂੰ ਜੇ ਤਸਵੀਰਾਂ ਦਿਖਾ ਦਈਏ ਤਾਂ ਇਸ ਸੜਕ ਦੇ ਉੱਪਰ ਆ ਕੇ ਉਹ ਸਾਹਮਣੇ ਖੜ੍ਹੀ ਹੋਈ ਗੱਡੀ ਜਦੋਂ ਪਲਟਦੀ ਹੈ ਤਾਂ ਸਾਹਮਣੇ ਇੱਕ ਐਕਟਿਵਾ ਦੇ ਉੱਪਰ ਦੋ ਨੌਜਵਾਨ ਆ ਰਹੇ ਹੁੰਦੇ ਨੇ, ਜਿਨ੍ਹਾਂ ਨੂੰ ਉਹ ਸਾਹਮਣੇ ਡਿੱਗੀ ਹੋਈ ਗੱਡੀ ਉਹ ਵੀ ਦਿਖਾਉਂਦੇ ਆ, ਇਸ ਐਕਟਿਵਾ ਨੂੰ ਬੁਰੀ ਤਰ੍ਹਾਂ ਦੇ ਨਾਲ ਸਾਹਮਣੇ ਤੋਂ ਹਿੱਟ ਕਰ ਦਿੰਦੀ ਹੈ। ਤੁਸੀਂ ਸਕੂਟੀ ਦੇਖੋ ਕਿ ਇਹਦੀ ਹਾਲਤ ਇੰਨੀ ਬੁਰੀ ਤਰ੍ਹਾਂ ਦੇ ਨਾਲ ਖਰਾਬ ਹੋ ਚੁੱਕੀ ਹੈ, ਹਾਦਸੇ ਦੇ ਨਾਲ ਬਰਬਾਦ ਹੋਈ ਹੈ। ਸਕੂਟਰੀ ਦੀ ਹਾਲਤ ਦੇਖ ਕੇ ਤੁਹਾਨੂੰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਕੂਟੀ ਸਵਾਰਾਂ ਦੀ ਕੀ ਹਾਲਤ ਹੋਈ ਹੋਊਗੀ। ਦੂਜੇ ਪਾਸੇ ਜਿਹੜਾ ਨੌਜਵਾਨ ਇਸ ਨੂੰ ਚਲਾ ਰਿਹਾ ਸੀ ਉਸਦੀ ਹਾਲਤ ਬੇਹੱਦ ਗੰਭੀਰ ਹੈ, ਇਸ ਜਗ੍ਹਾ ਦੇ ਉੱਪਰ ਅਜੇ ਵੀ ਖੂਨ ਪਿਆ, ਅਤੇ ਉਸ ਸਕੂਟੀ ਸਵਾਰ ਦਾ ਇੱਕ ਹੈਲਮਟ ਹੈ ਜਿਹੜਾ, ਹੈਲਮਟ ਦੀ ਹਾਲਤ ਦੇਖੋ ਕਿ ਉਹ ਇਸ ਸਕੂਟੀ ਦੇ ਹੈਂਡਲ ਦੇ ਨਾਲ ਜਿਹੜਾ ਸਟੈਂਡ ਹੁੰਦਾ ਉਹਦੇ ਵਿੱਚ ਫਸ ਚੁੱਕਿਆ, ਯਾਨੀ ਕਿ ਨਿਕਲ ਨਹੀਂ ਸਕਦਾ, ਬੁਰੀ ਤਰ੍ਹਾਂ ਨਾਲ ਟੁੱਟ ਗਿਆ। ਅਤੇ ਦੂਜੇ ਪਾਸੇ ਹੁਣ ਤੁਹਾਨੂੰ ਉਸ ਗੱਡੀ ਦੇ ਹਾਲਾਤ ਦਿਖਾ ਰਹੇ ਹਾਂ ਜਿਹੜੀ ਉਸ ਡਿਵਾਈਡਰ ਨੂੰ ਪਾਰ ਕਰਕੇ ਇਸ ਜਗ੍ਹਾ ਦੇ ਉੱਪਰ ਆਰਮੀ ਏਰੀਏ ਵਿੱਚ ਜਾ ਕੇ ਪਲਟ ਜਾਂਦੀ ਹੈ। ਫਿਲਹਾਲ ਜਿਹੜਾ ਨੌਜਵਾਨ ਹੈ ਉਹਦੀ ਹਾਲਤ ਬੇਹੱਦ ਗੰਭੀਰ ਹੈ, ਅਤੇ ਲੋਕਾਂ ਦੇ ਦੱਸਣ ਅਨੁਸਾਰ ਉਹ ਵਿਅਕਤੀ ਦੀ ਜਾਨ ਮੁਸ਼ਕਿਲ ਨਾਲ ਹੀ ਬਚੂਗੀ, ਕਿਉਂਕਿ ਉਹਦਾ ਜਿਹੜਾ ਸਿਰ ਹੈ ਉਹ ਸੜਕ ਦੇ ਨਾਲ ਲੱਗਿਆ, ਅਤੇ ਉਹ ਬੇਹੱਦ ਗੰਭੀਰ ਹਾਲਤ ਦੇ ਵਿੱਚ ਲੋਕਾਂ ਦੇ ਵੱਲੋਂ ਇੱਥੋਂ ਚੁੱਕ ਕੇ ਹਸਪਤਾਲ ਭੇਜਿਆ ਗਿਆ। ਸੋ ਇਹ ਜਿਹੜੀ ਤਸਵੀਰ ਹੈ, ਕਿਉਂਕਿ ਇੱਥੇ ਆਰਮੀ ਦਾ ਏਰੀਆ, ਅਤੇ ਉਸ ਜਗ੍ਹਾ ਦੇ ਉੱਪਰ ਟਰੱਕ ਜਿਹੜੀ ਗੱਡੀ ਹੈ ਮਹਿੰਦਰਾ ਦੀ ਉਹ ਪਲਟੀ ਹੈ, ਦੂਜੇ ਪਾਸੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਜਿਹੜਾ ਡਿਵਾਈਡਰ ਹੈ ਡਿਵਾਈਡਰ ਦੇ ਨਾਲ ਪਲਟ ਕੇ ਉਹ ਗੱਡੀ ਅੱਗੇ ਟਕਰਾਉਂਦੀ ਹੈ ਅਤੇ ਉਸ ਤੋਂ ਬਾਅਦ ਪਲਟ ਜਾਂਦੀ ਹੈ। ਹੁਣ ਜਿਹੜੇ ਮੌਕੇ 'ਤੇ ਮੌਜੂਦ ਲੋਕ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਦੋ ਗੱਡੀਆਂ ਦੇ ਆਪਸ ਦੇ ਵਿੱਚ ਖਹਿ ਜਾਣ ਕਰਕੇ ਇਹ ਜਿਹੜਾ ਭਿਆਨਕ ਹਾਦਸਾ ਹੈਗਾ ਉਹ ਵਾਪਰੇ, ਅਤੇ ਜਿਹਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਹਾਲਤ ਹੈ ਉਹ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। ਸੋ ਪਟਿਆਲਾ ਦੇ ਆਰਮੀ ਏਰੀਏ ਦੇ ਵਿੱਚ ਇੱਕ ਵੱਡਾ ਹਾਦਸਾ ਕੁਝ ਸਮਾਂ ਪਹਿਲਾਂ ਵਾਪਰਿਆ।